ਦੇ ਹਜ਼ਾਰ ਰੁਪਿਆ ਜਿੱਥੇ ਵੀ ਮੈਂ ਜਾਣੀ ਇਹ ਗੱਲ ਗੁਰੂ ਸਾਨੂੰ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਹਜ਼ਾਰ ਰੁਪਿਆ ਕਦ ਲਾਗੂ ਕਰੂਗੀ ਸੋ ਅੱਜ ਪੰਜਾਬ ਦਾ ਆਰਥਿਕ ਤਾਣਾ ਬਾਣਾ ਬੁਣੀ ਜਾਣਾ ਤੋਂ ਪਹਿਲਾ ਜਿਹੜੀ ਕਿਸ਼ਤ ਹੈ ਉਹ ਵਰਤਾ ਵਰਤਣ ਵਾਸਤੇ ਰੋਕਾ ਤੇ ਆ ਸਾਡੀਆਂ ਮਾਮਾ ਪੈਣਾ ਦਾ ਸਤਕਾਰ ਸਨਮਾਨ ਜਿਹੜਾ ਹਜ਼ਾਰ ਰੁਪਿਆ ਬੋਲਿਆ ਹੋਇਆ ਉਹ ਕਰਾਂਗੇ ਪੰਜਾਬ ਦੀਆਂ ਮਹਿਲਾਵਾਂ ਵਾਸਤੇ ਵੱਡੀ ਖੁਸ਼ਖਬਰੀ ਨਿਕਲ ਕੇ ਆ ਚੁੱਕੀ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪੰਜਾਬ ਦੀਆਂ ਮਹਿਲਾਵਾਂ ਵਾਸਤੇ ਕੀਤੇ ਆ ਵੱਡੇ ਐਲਾਨ ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉਤੇ ਪਹਿਲੀ ਵਾਰ ਆਏ ਹਨ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਵਿੱਚ ਜਿਹੜੀ ਵੀ ਨਵੀਂ ਸਕੀਮ ਜਾਂ ਅਪਡੇਟ ਆਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਭਗਵੰਤ ਮਾਨ ਜਿਹੜੇ ਆ ਉਹਨਾਂ ਨੇ ਪਹਿਲਾਂ ਜਿਹੜਾ ਵਾਅਦਾ ਕੀਤਾ ਸੀ ਕਿ ਬਿਜਲੀ ਮੁਫਤ ਜਿਹੜੀ ਇਹ ਹਰੇਕ ਲੋਕਾਂ ਦੀ ਕੀਤੀ ਹੈਗੀ ਤੇ ਪਹਿਲੀ ਗਰੰਟੀ ਤੋਂ ਬਾਅਦ ਹੁਣ ਆਪਣੀ ਦੂਜੀ ਗਰੰਟੀ ਨੂੰ ਜਿਹੜੀ ਆ ਉਹ ਪੂਰਾ ਕਰਨ ਜਾ ਰਹੀ ਆ ਇਲੈਕਸ਼ਨਾਂ ਵਿੱਚ ਕਾਫੀ ਇਸ ਗੱਲ ਤੇ ਜਿਹੜੀ ਚਰਚਾ ਹੋ ਰਹੀ ਸੀ ਕਿ ਪੰਜਾਬ ਸਰਕਾਰ ਵੱਲੋਂ ਕਦੋਂ ਤੋ ਜਿਹੜੀ ਮਹਿਲਾਵਾਂ ਨੂੰ 1-1000 ਪ੍ਰਤੀ ਮਹੀਨਾ ਸਕੀਮ ਜਿਹੜੀ ਆ ਉਸ ਦਾ ਲਾਭ ਹੋਏਗਾ ਇਸ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਹੈ ਕਿ ਜੀ ਬਹੁਤ ਜਲਦ ਜਿਹੜੀ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੂੰ ਜਿਹੜੇ ਆ ਉਹ 1-1000 ਪ੍ਰਤੀ ਮਹੀਨਾ ਉਹਨਾਂ ਦੇ ਖਾਤਿਆਂ ਵਿੱਚ ਆਨ ਜਾ ਰਿਹਾ ਜੀ ਠੀਕ ਹੈ ਜੀ ਹੋ ਸਕਦਾ ਹੈ ਜੀ ਇਸ ਦਾ ਜਿਹੜਾ ਫਾਇਦਾਵਾ ਤੁਹਾਨੂੰ ਜੂਨ ਮਹੀਨੇ ਤੋਂ ਹੀ ਦੇਖਣ ਨੂੰ ਮਿਲ ਜਾਵੇ ਜੂਨ ਮਹੀਨੇ ਤੋਂ ਮਹਿਲਾਵਾਂ ਨੂੰ ਜਿਹੜੇ ਆ ਖਾਤੇ ਵਿੱਚ 1-1000 ਪ੍ਰਤੀ ਮਹੀਨਾ ਜਿਹੜੇ ਆ ਉਹ ਆਨ ਲੱਗ ਜਨ ਇਹਨਾਂ ਸਕੀਮ ਦਾ ਲਾਭ ਬਸ ਉਹਨਾਂ ਹੀ ਮਹਿਲਾਵਾਂ ਨੂੰ ਹੋਵੇਗਾ ਜਿਨ੍ਹਾਂ ਦੇ ਕੋਈ ਵੀ ਜਿਹੜੇ ਘਰ ਵਿੱਚੋਂ ਕੋਈ ਵੀ ਜਿਹੜੇ ਸਰਕਾਰੀ ਨੌਕਰੀ ਨਹੀਂ ਕਰਦੇ ਉਹਨਾਂ ਹੀ ਮਹਲਾਵਾ ਨੂੰ ਜਿਹੜਾ ਇਸ ਸਕੀਮ ਦਾ ਲਾਭ ਹੋਏਗਾ ਉਸ ਤੋਂ ਇਲਾਵਾ ਜਿਨ੍ਹਾਂ ਦੇ ਬੈਂਕ ਬੈਲੈਂਸ ਹਨ ਜਾਂ ਜਿਹੜੇ ਸਰਕਾਰੀ ਨੌਕਰੀ ਕਰਦੇ ਹਨ ਉਹਨਾਂ ਨੂੰ ਇਸ ਸਕੀਮ ਦਾ ਲਾਭ ਜਿਹੜਾ ਉਹ ਨਹੀਂ ਹੋਏਗਾ ਇਹ ਹੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਸੀ ਜੀ ਮਿਲਦੇ ਆ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਸੀ ਗਾਲ ਜੀ